ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਮੁਹੰਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਕਲਿੱਕ ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਹੀ ਤਰ੍ਹਾਂ ਵੀਰਾ ਭਰਾਵਾਂ ਨੂੰ ਮਿਲਦਾ ਰਹੇ। ਸਭ ਤੋਂ ਪਹਿਲੇ ਤੇ ਅੱਜ ਜਨਾਬ ਇੱਕ ਝੋਟੀ ਅੱਲਾ ਦੇ ਫਜ਼ਲ ਕਰਮ ਨਾਲ ਮੇਰਾ ਕੈਮਰਾਮੈਨ ਵਿਖਾ ਰਿਹਾ, ਬਾਕੀ ਮੇਰੇ ਵੀਰਾਂ ਨੇ ਆਪਣੀ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਹੈ। ਪਹਿਲਾਂ ਝੋਟੀ ਬੜੀ ਲਾਜਵਾਬ ਖੂਬਸੂਰਤ ਨੀਲੀ ਦਾ ਅਨਮੋਲ ਤੋਹਫਾ ਅੱਲਾ ਦੇ ਫਜ਼ਲ ਕਰਮ ਨਾਲ ਖੁੱਲ੍ਹਾ ਵਾਨਾ ਮਾਸ਼ਾਅੱਲਾ, ਤੁੰਨੀ ਤੋਂ ਲੈ ਕੇ ਸਾਰ ਤੱਕ ਸੋਹਣਾ ਤਣ ਮਾਸ਼ਾਅੱਲਾ, ਥਣਾਂ ਦੀ ਵੰਡ ਅੱਲਾ ਦੇ ਫਜ਼ਲੋ ਕਰਮ ਨਾਲ, ਪੂਰੀ ਫੁੱਟ ਫੁੱਟ ਤੇ ਅੱਲਾ ਦੇ ਫਜ਼ਲੋ ਕਰਮ ਨਾਲ, ਪੂਰੀ ਲੋਕੇਸ਼ਨ ਤੇ, ਬਾਕੀ ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ। ਸੌਦਾ ਨਾਲ ਨਸੀਬ ਦੇ ਭਰਾਵਾਂ ਵਾਸਤੇ ਮਿਹਨਤ ਕੋਸ਼ਿਸ਼ ਕਰਕੇ ਨੀਲੀ ਦੇ ਜਾਨਵਰ ਵਿਖਾਏ ਜਾਂਦੇ ਨੇ। ਝੋਟੀ ਪਹਿਲਣ ਮਾਸ਼ਾਅੱਲਾ, ਕੱਦ ਚੰਗਾ, ਲਾਭ ਚੰਗੀ, ਬਾਕੀ ਖੁਰ ਮਾਸ਼ਾਅੱਲਾ, ਚਾਰੇ ਕਸੇ, ਤੁੰਨੀ ਕੌੜੀ ਦਾ ਨਿਸ਼ਾਨ ਕੋਣੀ, ਪਸ਼ਮ ਪੂਰੀ ਗਿੱਟ ਗਿੱਟ ਪੁੱਛਲੇ ਜਨਾਬ ਜਿਵੇਂ ਡੋਰ ਹੁੰਦੀ ਹੈ। ਬਾਕੀ ਜਨਾਬ ਚਾਰ ਫਿਰ ਮੇਰਾ ਕੈਮਰਾਮੈਨ ਆਪਣੇ ਕੈਮਰੇ ਦੀ ਨਜ਼ਰ ਨਾਲ ਭਰਾਵਾਂ ਨੂੰ ਤਸੱਲੀਆਂ ਕਰਵਾ ਰਿਹਾ। ਬਾਕੀ ਜਨਾਬ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੀਆਂ ਲੈਂਦੇ ਹਾਂ, ਕਿੰਨੇ ਦਿਨ ਲੈਂਦੀ ਹੈ, ਕਿੰਨਾ ਮਾਲਕ ਜਨਾਬ ਮੁਹੱਬਤ ਤੇ ਪਿਆਰ ਵਾਲਾ ਮੁੱਲ ਕਰਦਾ। ਅਸਲਾਮ ਅਲੈਕੁਮ ਜੀ ਭਲਵਾਨ ਜੀ। ਵਾਲੇਕੁਮ ਸਲਾਮ ਭਾਈ ਸਾਹਿਬ। ਭਲਵਾਨ ਜੀ, ਗੱਲ ਇਸ ਤਰ੍ਹਾਂ ਦੀ, ਮੱਝ ਆਪਣੀ ਕਰਦੀ ਹੈ? ਹਾਂਜੀ ਭਾਈ ਸਾਹਿਬ, ਘਰੇਲੂ ਮੈਂ। ਝੋਟੀ ਮਾਸ਼ਾਅੱਲਾ ਦਿਨ ਕਿੰਨੇ ਕੋ ਲੈਂਦੀ ਹੈ ਭਾਈ ਸਾਹਿਬ? ਇਹਦੇ ਪਹਿਲੀ ਤਰੀਕ ਨੂੰ ਦਿਨ ਪੂਰੇ ਹੁੰਦੇ ਪਏ। ਪਹਿਲੀ ਤਰੀਕ ਨੂੰ ਦਿਨ ਪੂਰੇ, 5-6 ਦਿਨ ਲੈਂਦੀ ਹੈ? 5-6 ਦਿਨ ਇਨਸ਼ਾਅੱਲਾ। ਭਲਵਾਨ, ਗੱਲ ਇਸ ਤਰ੍ਹਾਂ ਦੀ, ਮੱਝ ਤੇਰੀ ਕਰਦੀ ਹੈ, ਠੀਕ ਹੈ? ਪਹਿਲਾ ਸੂਆ ਸੂਵੇਗੀ, ਥਣਾਂ ਦੀ ਗਰੰਟੀ ਹੋਵੇਗੀ? ਇਹਦੀ ਹਰ ਸ਼ਾਇਦ ਦੀ ਗਰੰਟੀ ਆਈ ਸਾਹਿਬ। ਛੱਟਾ ਫੁਆਰਾ ਵਾਧਾ ਘਾਟਾ ਸੂਟ ਹੋਵੇ ਤੇ ਕੋਈ ਬੰਦਾ ਬਿਆਨਾ ਕਰਾ ਦੇਵੇ? ਮੈਂ ਕਹਿੰਦਾ ਸੂਈ ਤੋਂ ਲੈ ਜਾਵੇ, ਚੋਕ ਲੈ ਜਾਵੇ, ਤੱਲੀ ਵਾਕੂ ਗੱਜ ਵੱਜ ਕੇ। ਅੱਛਾ, ਗੱਜ ਵੱਜ ਕੇ ਲੈ ਜਾਵੇ, ਠੀਕ ਹੋ ਗਿਆ ਜੀ। ਜੇ ਕੋਈ ਭਲਵਾਨ ਇਸੇ ਤਰ੍ਹਾਂ ਆਪਾਂ ਨੂੰ ਕਹੇ, ਠੀਕ ਹੈ। ਭਲਵਾਨ, ਗੱਲ ਇਸ ਤਰ੍ਹਾਂ ਦੀ ਹੈ, ਕੋਈ ਵੀਰ ਭਰਾ ਆਪਾਂ ਨੂੰ ਕਹੇ ਵਿਆਹ ਸਾਹਿਬ, ਤੁਹਾਡੇ ਤੇ ਮੈਨੂੰ ਯਕੀਨ ਹੈ, ਇਨਸ਼ਾਅੱਲਾ ਆਪਾਂ ਥਣ ਪਾਸ ਕਰਵਾ ਕੇ ਇਸੇ ਤਰ੍ਹਾਂ ਅਗਰ ਭੇਜ ਦਈਏ ਝੋਟੀਏ, ਇਨਸ਼ਾਅੱਲਾ ਅਗਲੇ ਘਰ ਜਾ ਕੇ 16 ਨੇ ਨਿਕਲੂਗੀ। ਹਾਂ ਇਨਸ਼ਾਅੱਲਾ ਹਾਈ ਸਾਹਿਬ, ਇਹ ਚ ਲਾਮੇ ਵਾਲੀ ਗੱਲ ਕੋਈ ਨਹੀਂ, ਅੱਲਾ ਦੇ ਹੁਕਮ। ਚਾਰੇ ਥਾਂ ਆਪਾਂ ਟਿਪ ਕੇ ਦੇਵਾਂਗੇ, ਟਿਪ ਕੇ ਦੇਵੇ, ਚੋਗ ਲਾਈ ਵੇ, ਅੱਲਾ ਖੈਰ ਕਰੇ। ਇਹ ਜਿਵੇਂ ਜਿਵੇਂ ਤਿਆਰ ਹੋਣੇ ਰਸਗੁੱਲੇ ਬੰਨੇ ਆ। ਅੱਛਾ, ਹੈ ਨੀਲੀ ਦੀ ਨਾ? ਪਿਓ ਨੀਲੀ ਦੀ, ਪੂਰੀ ਮੱਝ ਦੇ ਪਸ਼ਮ ਆ। ਅੱਛਾ, ਜਿਹੜੇ ਸਾਡੇ ਨਾਲ ਵੀਰ ਅੱਜ ਨਵੇਂ ਸਾਡੀ ਵੀਡੀਓ ਵੇਖਣਗੇ, ਠੀਕ ਹੈ, ਉਹਨਾਂ ਵਾਸਤੇ ਨੀਲੀ ਦੀਆਂ ਕੀ ਨਿਸ਼ਾਨੀਆਂ ਨੇ? ਅੱਜ ਸਾਹਿਬ ਜਿਹੜੀ ਨੀਲੀ ਦੀ ਮੈਂ ਹੋਊਗੀ ਨਾ, ਅੱਛਾ, ਇੱਕ ਤੇ ਪੂਰੇ ਪਿੰਡ ਦੇ ਪਸ਼ਮ ਹੋਊਗੀ। ਅੱਛਾ, ਇੱਕ ਮੈਂ ਦਾ ਪਿੱਛੋਂ ਪੁੱਠਾ, ਆ ਜਿਹੜਾ ਖੁੱਡਾ ਹੁੰਦਾ ਵਾ, ਇਹ ਬੜਾ ਚੌੜਾ ਹੋਊਗਾ ਮੈਂ ਦਾ। ਅੱਛਾ, ਨਿੱਕੀ ਨਿੱਕੀ? ਹਾਂ, ਨਿੱਕੀ ਨਿੱਕੀ ਵੱਖੀ ਹੋਊਗੀ, ਨਿੱਕੀ ਜੀ ਵੱਖੀ ਹੋਊਗੀ, ਪੂਛਲੇ ਦੀ ਧਾਗੇ ਰੰਗੀ ਹੋਊਗੀ। ਅੱਛਾ, ਨੀਲੀ ਦੀ ਮੈਂ ਵੈਸੇ ਸਿਆਣੀ ਜਾਂਦੀ, ਉਹਦੇ ਪਿੱਛੇ ਚੱਡੇ ਦੇ ਦੋ ਬਟਨ ਵੀ ਹੋਣਗੇ ਯਾਰ, ਜਿਹੜੀ ਮੇਨ ਨਿਸ਼ਾਨੀ ਆ ਇਹਦੇ ਆ ਨੇ, ਇਹਦੇ ਬਟਨ ਆਸਾਰ ਤੋਂ ਥੱਲੇ ਆ ਤੇ ਅੱਲਾ ਦੇ ਹੁਕਮ ਨਾਲ। ਇਹ ਆ ਬਟਨ ਦੋ ਜਿਹੜੇ ਆ ਦੇਖਦੇ, ਆ ਦੋ ਬਟਨ, ਠੀਕ ਹੋ ਗਿਆ। ਹੁਣ ਪ੍ਰਵਾਨ, ਗੱਲ ਇਸ ਤਰ੍ਹਾਂ ਦੀ ਹੈ, ਸਾਰੀਆਂ ਗੱਲਾਂ ਤੇਰੀਆਂ ਰਿਕਾਰਡ ਹੋ ਗਈਆਂ ਨੇ, ਔਰ ਰਿਕਾਰਡ ਚੱਲੇਗੀ ਵੀਡੀਓ ਤੇਰੀ, ਠੀਕ ਹੈ? ਇਹ ਆਪਾਂ ਮੈਂ ਤੇਰੀ, ਇਨਸ਼ਾਅੱਲਾ ਕੋਈ ਵੀਰ ਨਾ ਵੀ ਆਵੇ ਤੇ ਇਨਸ਼ਾਅੱਲਾ ਆਨਲਾਈਨ ਵੀ ਭੇਜੀਏ ਨਾ, ਤੇ ਤਸੱਲੀ ਵਾਲੀ ਅੱਲਾ ਦੇ ਫਜ਼ਲ ਨਾਲ। ਹਾਂਜੀ ਸਾਹਿਬ, ਇਹ ਚ ਲਾਮੇ ਵਾਲੀ ਗੱਲ ਹੀ ਕੋਈ ਨਹੀਂ, ਅੱਲਾ ਦੇ ਹੁਕਮ ਨਾਲ ਇਹ ਮਜ਼ੀਦ ਬਣੂਗੀ। ਮੈਂ ਕਹਿੰਦਾ ਅੱਗੋ ਆਉਂਦੇ ਪਏ ਰੋਜ਼ੇ, ਜੇ ਤੁਹਾਡੇ ਬੱਚਿਆਂ ਦੇ ਹੱਕ 'ਚ ਵੀ ਦੁਆ ਨਾ ਕਰੇ ਅਗਲਾ ਬੰਦਾ ਜਿਹੜਾ ਲੈ ਗਿਆ, ਤੇ ਫਿਰ ਕਰੀ ਗੱਲ। ਅੱਛਾ, ਉਹਨੇ ਦੇ ਪਿਆਰ ਮੁਹੱਬਤ ਵਾਲੇ ਪੈਸੇ ਦੱਸਣੇ ਜਿੱਥੇ ਆਪਾਂ ਇਹ ਵੇਚਣੀ ਹੈ, ਠੀਕ ਹੈ? ਹਾਂਜੀ, ਮੁੱਲ ਲੋਕਾਂ ਨੂੰ 5.5 ਮੰਗੀ ਹੈ, 5.40 ਮੰਗੀ ਹੈ, 5.25 ਮੰਗੀ ਹੈ। ਅੱਛਾ, ਵਾਰੀਆਂ ਨਹੀਂ ਹੁੰਦੀਆਂ, ਇੱਕੋ ਗੱਲ ਹੁੰਦੀ, 4,95,000 ਦੀ ਮੈਂ ਦੇ ਦਾਂ। ਭਲਵਾਨ, 4,95,000? ਹਾਂ, ਇਹਦੇ ਵਿੱਚ ਪਿਆਰ ਮੁਹੱਬਤ ਕਿੰਨਾ ਕੁ ਹੋਵੇਗਾ? 5 ਹੋਰ, 4,90,000 ਦੀ ਫਾਈਨਲ ਮੈਂ ਦਵਾਂਗਾ। ਭਲਵਾਨ, 4,90,000 ਦੀ ਤੇ ਥਣਾਂ ਦੀ ਗਾਰੰਟੀ, ਹਰ ਸ਼ਾਇਦ ਦੀ ਗਾਰੰਟੀ ਯਾਰ ਹੈ। ਅੱਛਾ, ਇਹਦੇ ਵਿੱਚ ਹੁਣ ਕੋਈ ਵੀਰ ਭਰਾ ਅਗਰ ਨਹੀਂ ਵੀ ਆ ਸਕਦਾ, ਆਪਣੇ ਕੋਲ ਆਨਲਾਈਨ ਖਰੀਦਦਾ, ਕਈ ਮੁਲਕ ਸਾਡੇ ਵੀਰ ਭਰਾ ਸਾਡੇ ਨਾਲ ਮੁਹੱਬਤਾਂ ਚਾਹਤਾਂ ਕਰਨ ਵਾਲੇ ਬਾਹਰਲੇ ਮੁਲਕਾਂ 'ਚ ਬੈਠੇ ਨੇ, ਆਈ ਸਮਝ?
ਉਹ ਸਾਨੂੰ ਕਹਿੰਦੇ ਨੇ ਅੱਜ ਸਾਹਿਬ ਝੋਟੀ ਮੈਨੂੰ ਪਸੰਦ ਆ ਗਈ ਤੇ ਮੈਂ ਲੈਣਾ ਚਾਹੁੰਦਾ, ਠੀਕ ਹੈ, ਕੋਈ ਮੁੱਲ ਵਿੱਚ ਵਾਧਾ ਘਾਟਾ ਕਰੋ, ਪੂਨੀ ਵੀ ਹੋ ਜਾਵੇਗੀ? ਨਹੀਂ, ਅੱਜ ਸਾਹਿਬ ਅੱਗੇ ਜਾਇਜ਼ ਮੁੱਲ ਕੀਤਾ, 5 ਵਾਲਾ ਤਾਂ ਲਫੇ ਨਹੀਂ ਰੱਖਿਆ, 4.90 ਰੱਖ ਦਿੱਤਾ। 4.90 ਕੋਈ ਵੀਰ ਸਾਡੇ ਨਾਲ ਮੁਹੱਬਤ ਪਿਆਰ ਕਰਦਾ, ਕਿਉਂਕਿ ਜੀ ਚਲੋ ਕਰ ਲਈ 19 ਵੀ ਕਰ ਲਈ, ਰੋਜ਼ਿਆਂ ਦੇ ਪੈ ਨਫਾ, ਆਪਾਂ ਕੀ ਕਰਨੇ ਨਫੇ ਲੈ ਕੇ, ਜਾਇਜ਼ ਹੀ ਦੇ ਦੇਣੀ ਆ ਮੈਂ, ਜਾਇਜ਼ ਮੁਹੱਬਤ ਨਾਲ, ਜਾਇਜ਼ ਪਿਆਰ ਮੁਹੱਬਤ ਨਾਲ। ਹਾਂਜੀ ਸਾਹਿਬ, ਮਰਲੇ ਮਰਲੇ ਦੀ ਵੰਡ ਆ, ਫੁੱਟ ਫੁੱਟ ਦੀ ਵੰਡ ਹੈ। ਆਪਾਂ ਕੋਈ ਜ਼ਿਆਦਾ ਕਮੈਂਟਰੀ ਕਰਕੇ ਕੋਈ ਨਾਮ ਨੀ ਲੈਣਾ ਹੁੰਦਾ, ਮਤਲਬ ਹੁੰਦਾ ਮੱਝ ਵਿਖਾਵਣ ਨਾਲ, ਮੱਝ ਦੇ ਥਣ ਸਾਫ਼ ਹੋਣ, ਮੱਝ ਐਨ ਮਾਸ਼ਾਅੱਲਾ 16 ਆਨੇ ਹੋਵੇ, ਖਰੀ ਹੋਵੇ ਤੇ ਫਿਰ ਤਾਂ ਚਾਸਾ ਆਉਂਦੀ ਹੈ, ਜੇ ਮੱਝ ਹੋਵੇ ਖੋਟੀ ਤੇ ਫਿਰ ਵਿੱਚ ਅੱਸੀ ਗੱਲ ਪੈਦਾ। ਹਾਜੀ ਸਾਹਿਬ, ਇਹ ਘਰੇਲੂ ਮੈਂ ਵਾ, ਨੀਲੀ ਦੀ ਪਿਓਰ ਆਈ ਪੂਰੀ ਪਸ਼ਮ ਮੈਂ ਦੇ ਪਿੰਡ ਦੇ 21 ਯਾਰ ਆ ਕੱਟੀ ਦੇ ਕੋਲ। ਮਾਜ ਦੀ ਅਗਲੀ ਖੀਰੀ ਵੀ ਮਾਸ਼ਾਅੱਲਾ ਮੇਰਾ ਕੈਮਰਾ ਮੈਂ ਕਹਿੰਦਾ ਹਜੇ ਤਾਂ ਕੋਈ ਨੀ, ਪਹਿਲੀ ਤਰੀਕ ਨੂੰ ਜਦੋਂ ਦਿਨ ਪੂਰੇ ਨੇ ਬੈਠਣਾ ਬਾਜ਼ਾਰ ਹੋਏ ਨਾ ਝੋਟੀ ਨੇ ਤੁੰਨੀ, ਬਿਲਕੁਲ ਕੋਈ ਨੀ, ਕੌੜੀ ਮਾਸ਼ਾਅੱਲਾ ਐਵੇਂ ਛੋਟੀ ਜੀ ਹੈ, ਬਾਕੀ ਮੱਝ ਬੜੀ ਮਾਸ਼ਾਅੱਲਾ ਝੋਟੀ ਲਾਜਵਾਬ ਹੈ। ਇਹ ਹੁਣ 4.90 ਕੋਈ ਭਰਾ ਸਾਨੂੰ ਇਹ ਗੱਲ ਕਰੇ ਅੱਛਾ ਕੋਈ ਪਿਆਰ ਮੁਹੱਬਤ ਕਰਾਓ ਤਾਂ ਮਾੜਾ ਮੋਟਾ ਹੋ ਜਾਏਗਾ, ਮਾੜਾ ਮੋਟਾ ਹੋ ਜਾਊਗਾ। ਚੱਲ ਨਿੱਕਿਆ ਖੋਲ ਤੂੰ, ਤੋਰ ਕੇ ਵਿਖਾ, ਹੋ ਜੂਗਾ ਨਾ ਮਾੜਾ ਮੋਟਾ ਇਨਸ਼ਾਅੱਲਾ। ਥਾਨਵੇ ਤੂੰ ਕਿੱਥੇ ਫੁੱਟ ਫੁੱਟ ਦੀ ਵਿਰਲ ਤੇ ਪਏ ਆ? ਲੋ ਜੀ 4,90,000 ਦੇ ਵਿੱਚ ਪਿਆਰ, ਮੈਂ ਤਾਂ ਪੁੱਠਾ ਵਿਖਾਈ ਕਿੱਡਾ ਚੌੜਾ, ਬਾਕੀ ਝੋਟੀ ਜਨਾਬ ਖੋਲੀ ਸੁੱਤੀ ਇਨਸ਼ਾਅੱਲਾ, ਕੈਮਰੇ ਦੀ ਨਜ਼ਰ ਹੈ, ਅੱਲਾ ਦੇ ਫਜ਼ਲ ਓ ਕਰਮ ਨਾਲ ਝੋਟੀ ਲਾਜਵਾਬ ਪੱਕੀ ਦਾ ਜੀ। ਨੰਬਰ ਆਪਣਾ ਜਨਾਬ ਹੁੰਦਾ 0348-064-8468, ਇਹ ਜਨਾਬ ਆਪਣਾ ਵਟਸਐਪ ਨੰਬਰ ਹੈ, ਇਹ ਆਪਣਾ ਈਮੇਲ ਨੰਬਰ ਹੈ, ਬਾਕੀ ਜਨਾਬ ਝੋਟੀ ਕੋ ਵਾਧਾ ਘਾਟਾ ਪੂਰੀ ਜਨਾਬ ਆਪਣੀ ਗਰੰਟੀ ਹੋਵੇਗੀ। ਕੋਈ ਵੀਰ ਆਪਾਂ ਬਿਆਨਾ ਕਰਾ ਦੇਵੇ ਪਲਵਾਨ ਤੇ ਸੂਈ ਤੂੰ ਲੈ ਜਾਵੇਗਾ, 5-10 ਨਾਲ ਵੀ ਸਾਨੂੰ ਵੀ ਪਤਾ ਬੱਕਰੀ ਨੀ ਆਇਆ, ਤੈਨੂੰ ਚੱਲ 50,000 ਬਿਆਨਾ ਕਰਾਵੇ ਤੇ ਰੋਕੇਗਾ, ਠੀਕ ਹੋ ਗਿਆ, ਜਾਣ ਤੇ ਜਾਣਗੇ।